ਮੈਂ ਫਰੰਜ ਬਹਿਣ ਦਾ ਸਲੀਕਾ ਦੱਸੀਏ। ਕਈ ਬੰਦੇ ਨੇ ਮੰਗਲਵਾਰ ਛੱਡੀ ਹੁੰਦੀ ਹੈ ਦਾਰੂ, ਕਈਆਂ ਨੇ ਐਤਵਾਰ ਛੱਡੀ ਹੁੰਦੀ ਹੈ ਸ਼ਰਾਬ, ਕਈਆਂ ਦੀ ਵੀਰਵਾਰ ਛੜਾਈ ਹੁੰਦੀ ਹੈ ਧੱਕੇ ਨਾਲ ਹੀ। ਜਿਹਦੀ ਮੰਗਲਵਾਰ ਛੱਡੀ ਹੈ ਸੋਮਵਾਰ 12 ਵਜੇ ਤੱਕ ਪੀ ਜਾਂਦੇ ਹੈ, ਬੁੱਧਵਾਰ ਦਾ ਪਹਿਲਾ ਸੈਕਿੰਡ ਡੇ ਦਾ ਜੀ ਫਿਰ ਪੀਣ ਲੱਗ ਪੈਂਦਾ ਦਾਰੂ। ਸੋ ਪੀਣ ਵਾਲਾ ਬੰਦਾ ਕਦੇ ਨਹੀਂ ਛੱਡਦਾ ਦਾਰੂ। ਸਾਡਾ ਚਾਚੇ ਦਾ ਮੁੰਡਾ ਉੱਥੇ ਰਹਿੰਦਾ ਕਨੇਡਾ, ਮੈਂ ਪਹਿਲੀ ਵਾਰੀ ਗਿਆ 2003 'ਚ ਉੱਥੇ, ਉਹਦਾ ਸਟੋਰ ਹੈ ਫਰਨੀਚਰ ਦਾ, ਰਾਤ ਨੂੰ ਪੀ ਪੂ ਕੇ ਉਦੋਂ ਪਹਿਲਾਂ ਪੁਦੀਨ ਹਰੇ ਦੀਆਂ ਗੋਲੀਆਂ ਇੱਥੋਂ ਬਹੁਤ ਮੰਗਵਾਉਂਦੇ ਹੁੰਦੇ ਸੀ ਕਨੇਡਾ ਵਾਲੇ, ਉਹ ਮੂੰਹ 'ਚ ਖੁਰ ਜਾਂਦੀ ਹੁੰਦੀ ਸੀ ਅਤੇ ਉਹਦੇ ਨਾਲ ਕਹਿੰਦੇ ਸਮੈਲ ਨਹੀਂ ਆਉਂਦੀ ਸੀ ਦਾਰੂ ਦੀ, ਉਹਨਾਂ ਦਾ ਆਪਣਾ ਤਜਰਬਾ ਹੋਣਾ। ਅੱਛਾ, ਉਸ ਤੋਂ ਬਾਅਦ ਉਹਨੇ ਪਿਆਜ਼ ਖਾ ਕੇ ਜਾਣਾ, ਪਿਆਜ਼ ਖਾ ਕੇ ਮੈਂ ਕਿਹਾ ਇਹ ਕਿਉਂ ਖਾਂਦਾ ਬਈ, ਆਖੇ ਇਹਦੇ ਨਾਲ ਸਮੈਲ ਨਹੀਂ ਆਉਂਦੀ, ਆਪਣਾ ਲੌਜਿਕ ਹੈ। ਮੈਂ ਕਿਹਾ ਜਦੋਂ ਘਰ ਜਾ ਕੇ ਰੋਟੀ ਮੰਗੀ ਗਿੱਲ ਸਾਹਿਬ, ਅਤੇ ਰੋਟੀ ਜਦੋਂ ਜਾ ਕੇ ਗੁਰਗੀ ਲੱਗੀ ਫਿਰ ਸਬਜ਼ੀ ਦੀ ਜਗ੍ਹਾ ਥੱਲੇ ਮਿੱਟੀ ਨੂੰ, ਫਿਰ ਪਤਾ ਲੱਗ ਜਾਂਦਾ ਪੀਤੀ ਹੈ। ਸੋ ਪੀਣ ਵਾਲਾ ਬੰਦਾ ਕਦੇ ਨਹੀਂ ਛੱਡਦਾ। ਅੱਛਾ ਵਿੱਕੀ, ਬਾਲੀਵੁੱਡ ਮੇਰਾ ਬਹੁਤ ਪਿਆਰਾ ਫੋਟੋਗ੍ਰਾਫਰ ਵੀਰ, ਅੱਜ ਕੱਲ੍ਹ ਥੋੜ੍ਹੀ ਉਹਦੀ ਸਿਹਤ ਨਾ ਸਾਜ ਹੈ। ਵਿੱਕੀ ਬਾਲੀਵੁੱਡ ਤੋਂ ਸਾਰਿਆਂ, ਇਹ ਜਿੰਨੇ ਕੁ ਮੈਨੂੰ ਲੱਗਦਾ ਸੇਖਾ ਸਾਹਿਬ ਦੇ ਔਰ ਆਲੇ ਦੁਆਲੇ ਇਹਨਾਂ ਦੇ ਫੰਕਸ਼ਨ ਹੁੰਦੇ ਸਾਰੇ ਉਹੀ ਕਵਰ ਕਰਦਾ ਵਿੱਕੀ। ਥੈਂਕ ਯੂ। ਸੋ ਆਓ ਦਾਰੂ ਪੀਣ ਦਾ ਤਰੀਕਾ ਦੱਸੀਏ, ਮਹਿਫਲਾਂ ਚ ਬਹਿਣ ਦਾ ਸਲੀਕਾ ਦੱਸੀਏ, ਕਿ ਥੋੜੀ ਥੋੜੀ ਪੀਓ ਨਾਲ ਗੱਲਾਂ ਵੀ ਕਰੋ, ਸਰੂਰ ਜਿਹਾ ਮਨ ਹੋਵੇ ਮਹਿਫਲ ਸਜਾਈ ਮਿੱਤਰੋ, ਯਾਰ ਦਾਰੂ ਟੁੱਟੇ ਦਿਲਾਂ ਦੀ ਦਵਾਈ ਮਿੱਤਰੋ, ਜਿਉਂਦੇ ਰਹਿਣ ਜਿੰਨਾ ਨੇ ਬਣਾਈ ਮਿੱਤਰੋ। ਉਹਦੇ ਚ ਕੰਤਰ ਹੈ ਕਿ ਬਹੁਤੀ ਨਹੀਂ ਉਹ ਚੰਗੀ ਦਾਰੂ, ਥੋੜੀ ਨਹੀਂ ਉਹ ਮਾੜੀ, ਜ਼ਿਆਦਾ ਕਰ ਸੰਧਰਾ ਏ ਘਰਾਂ ਦੀ ਉਜਾੜੀ, ਬਹੁਤੀ ਨਹੀਂ ਉਹ ਚੰਗੀ ਦਾਰੂ, ਥੋੜੀ ਨਹੀਂ ਉਹ ਮਾੜੀ, ਜ਼ਿਆਦਾ ਕਰ ਸੰਧਰਾ ਏ ਘਰਾਂ ਦੀ ਉਜਾੜੀ, ਉਹ ਵੀ ਦਾਰੂ ਕਾਦੀ ਜਿਹੜੀ ਨਾਲੀ ਵਿੱਚ ਸੁੱਟੇ, ਉਹ ਵੀ ਦਾਰੂ ਕਾਦੀ ਜੋ ਜਨਾਨੀ ਯਾਰੋ ਕੁੱਟੇ, ਬਹੁਤੀ ਪੀ ਕੇ ਨਾ ਬਣੀਏ ਸ਼ਦਾਈ ਮਿੱਤਰੋ, ਇਹ ਦਾਰੂ ਟੁੱਟੇ ਦਿਲਾਂ ਦੀ ਦਵਾਈ ਮਿੱਤਰੋ, ਜਿਉਂਦੇ ਰਹਿਣ ਜਿੰਨਾ ਨੇ ਬਣਾਈ ਮਿੱਤਰੋ। ਇਹ ਪੁਰਾਣੀ ਫੋਕ ਆਈਟਮ ਸੁਣਾਊਂਗਾ, ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਜਲਦੀ ਜਲਦੀ। ਢਾਡੀ ਅਮਰ ਸਿੰਘ ਸ਼ੌਕੀ ਸਾਹਿਬ ਦੀ ਰਚਨਾ, ਬਹੁਤ ਸਾਰੇ ਸਿੰਗਰਾਂ ਨੇ ਉਹਨਾਂ ਨੂੰ ਗਾਇਆ, ਸਾਡੇ ਦੁਆਬੇ 'ਚ ਬੜਾ ਨਾਮ ਹੋਇਆ ਢਾਡੀ ਅਮਰ ਸਿੰਘ ਸ਼ੌਕੀ, ਬਿਲਕੁਲ ਸਾਫ ਅਨਪੜ੍ਹ ਸੀਗੇ, ਉਹਨਾਂ ਨੇ ਐਸੇ ਐਸੇ ਗਾਣੇ ਰਚੇ। ਕੁਲਦੀਪ ਮਾਣਕ ਸਾਹਿਬ ਨੇ ਬਹੁਤ ਉਹਨਾਂ ਦੀਆਂ ਕੰਪੋਜ਼ੀਸ਼ਨਾਂ ਗਾਈਆਂ, ਉਹਨਾਂ ਦਾ ਇੱਕ ਗਾਣਾ ਮੈਂ ਵੀ ਰਿਕਾਰਡ ਕੀਤਾ ਸੀ, ਉਹ ਕਿਵੇਂ ਗਾਉਂਦੇ ਸੀ ਮੈਂ ਕਿਵੇਂ ਰਿਕਾਰਡ ਕੀਤਾ, ਦੋਵੇਂ ਬਣ ਗਈਆਂ। ਉਸ ਤੋਂ ਬਾਅਦ ਫਿਰ ਅਗਰ ਤੁਹਾਡੇ ਕੰਚ ਬਨ ਡਾਰਾ, ਉਹ ਜੋਗੀ ਦੇ ਨਾਲ ਕਰਨ ਖਿਡਾਰਾ, ਉਹ ਮੁੜ ਮੁੜ ਕਹਿਣ ਵਿਚਾਹ ਜੋਗੀਆਂ ਦੇ ਰਸ, ਜੋਗੀਆਂ ਦੇ ਰਸ ਵਿੱਚ ਜੋਗੀਆਂ ਦੇ ਰਸ
ਸੁਣਾ ਗਿਆ ਸ਼ੁਕਰੀਆ ਮਿਹਰਬਾਨੀ ਸੋ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਾਡੇ ਦਿਲਾ ਸਾਹਿਬ ਦੇ ਮਾਸਟਰ ਜੀ ਸਰਦਾਰ ਗੁਰਚਰਨ ਸਿੰਘ ਬਰਾੜ ਜੀ ਤਹਿਸੀਲਦਾਰ ਸਾਹਿਬ ਜਿਨ੍ਹਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਸਾਡੇ ਲਈ ਪਹੁੰਚਿਆ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇੰਨਾ ਪਿਆਰ ਜਿਤਾਉਣ ਲਈ ਮਿਹਰਬਾਨੀ ਸ਼ੁਕਰੀਆ ਇੱਥੋਂ ਤੱਕ ਚੱਲ ਕੇ ਆਉਣ ਲਈ ਮਿਹਰਬਾਨੀ ਸ਼ੁਕਰੀਆ ਸ਼ੁਕਰਗੁਜ਼ਾਰ ਹਾਂ ਜੀ ਸਰਦਾਰ ਗੁਰਚਰਨ ਸਿੰਘ ਬਰਾੜ ਜੀ ਤਹਿਸੀਲਦਾਰ ਸਾਹਿਬ ਜਿਨ੍ਹਾਂ ਵੱਲੋਂ ਆਸ਼ੀਰਵਾਦ ਸਾਡੇ ਲਈ ਪਹੁੰਚਿਆ ਤੁਸੀਂ ਸਾਰੇ ਮਹਿਮਾਨ ਪਹੁੰਚੇ ਹੋ ਅੱਜ ਦੀ ਇਸ ਮਹਿਫਲ ਦਾ ਸ਼ਿੰਗਾਰ ਬਣ ਕੇ ਬੈਠੇ ਹੋ ਅੱਜ ਦੀ ਇਸ ਮਹਿਫਲ 'ਚ ਆਪਣਾ ਪਿਆਰ ਖਿਲਾਰ ਰਹੇ ਹੋ ਕਿਉਂਕਿ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਇਸ ਦੁਨੀਆ ਤੋਂ ਹੋਰ ਕੋਈ ਕੀ ਲੈ ਜਾਂਦਾ ਬਾਹਰ ਕਫਨ ਤੋਂ ਖਾਲੀ ਹੱਥ ਸਿਕੰਦਰ ਦੇ ਜਾ ਸਕਦਾ ਕੁਝ ਨਾਲ ਤਾਂ ਸੱਚੀ ਲੈ ਜਾਂਦਾ ਜਾ ਸਕਦਾ ਕੁਝ ਨਾਲ ਤਾਂ ਸੱਚੀ ਲੈ ਜਾਂਦਾ ਇੱਕ ਪਿਆਰ ਮੁਹੱਬਤ ਹੈ ਜਿਹੜੀ ਤੁਸੀਂ ਦਿਖਾ ਰਹੇ ਹੋ ਦੋਨਾਂ ਪਰਿਵਾਰਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਏ ਹੋ ਉਹਨਾਂ ਦੀ ਇਸ ਖੁਸ਼ੀਆਂ ਨੂੰ ਇੰਜੋਏ ਕਰ ਰਹੇ ਹੋ ਢਿੱਲੋਂ ਫੈਮਿਲੀ ਬਰਾੜ ਫੈਮਿਲੀ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਦੋਨਾਂ ਪਰਿਵਾਰਾਂ 'ਤੇ ਕਿ ਅੱਜ ਦੋ ਪਰਿਵਾਰ ਜਿਹੜੇ ਇੱਕ ਹੋਏ ਨੇ ਅਤੇ ਦੋਨੋਂ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਵਿੱਚ ਇੱਕ ਇੱਕ ਮੈਂਬਰ ਦਾ ਵਾਧਾ ਹੋਇਆ ਅਸੀਂ ਅਰਦਾਸ ਕਰਦੇ ਹਾਂ ਕਿ ਖੁਸ਼ੀਆਂ ਖੇੜੇ ਜਿਹੜੇ ਇਸੇ ਤਰ੍ਹਾਂ ਬਣੇ ਰਹਿਣ ਇਸੇ ਤਰ੍ਹਾਂ ਖੁਸ਼ੀਆਂ ਵਾਲੀਆਂ ਮਹਿਫਲਾਂ ਜਿਹੜੀਆਂ ਸੱਜਦੀਆਂ ਰਹਿਣ ਕਿ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਅਤੇ ਮਿਲਦੀਆਂ ਰਹਿਣ ਵਧਾਈਆਂ ਇਸੇ ਤਰ੍ਹਾਂ ਵਧਾਈਆਂ ਮਿਲਦੀਆਂ ਰਹਿਣ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਖਾਸ ਤੌਰ 'ਤੇ ਅੱਜ ਦੀ ਬਹੁਤ ਹੀ ਅਸੀਮ ਜੋੜੀ ਜਿਨ੍ਹਾਂ ਦੀ ਬਦੌਲਤ ਖੂਬਸੂਰਤ ਮਹਿਫਲ ਸਜੀ ਹੋਈ ਹੈ ਜਿਹੜੇ ਕਿ ਅੱਜ ਬਹੁਤ ਹੀ ਪਵਿੱਤਰ ਬੰਧਨ ਦੇ ਵਿੱਚ ਬੱਝੇ ਨੇ ਜਿਨ੍ਹਾਂ ਦੀ ਕਿ ਅੱਜ ਉਮਰਾਂ ਦੀ ਸਾਂਝ ਪਈ ਹੈ ਅਤੇ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਇਸ ਜੋੜੀ ਨੇ ਅਤੇ ਆਪਾਂ ਸਾਰੇ ਹੀ ਉਹਨਾਂ ਦੇ ਅੱਜ ਦੇ ਸਫ਼ਰ ਦੇ ਵਿੱਚ ਸ਼ਾਮਿਲ ਹੋਏ ਹਾਂ ਉਹਨਾਂ ਨੂੰ ਮੁਬਾਰਕਾਂ ਦੇਣ ਵਾਸਤੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਗੁਰਪ੍ਰੀਤ ਸਿੰਘ ਜੀ ਅਤੇ ਅਸ਼ਨਵੀਰ ਕੌਰ ਜੀ ਇਸ ਜੋੜੀ ਨੂੰ ਅਸੀਂ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਭੇਜਦੇ ਹਾਂ ਡਾਕਟਰ ਰੇਸ਼ਮ ਸਿੰਘ ਢਿੱਲੋਂ ਜੀ ਅਤੇ ਸਰਦਾਰਨੀ ਪਰਮਜੀਤ ਕੌਰ ਢਿੱਲੋਂ ਜੀ ਜਿਨ੍ਹਾਂ ਦੇ ਲਾਡਲੇ ਸਪੁੱਤਰ ਨੇ ਜਿਹੜਾ ਅੱਜ ਆਪਣਾ ਵਿਆਹ ਦਾ ਜੀਵਨ ਸ਼ੁਰੂ ਕੀਤਾ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਦਾਦਾ ਜੀ ਸਰਦਾਰ ਜਸਵੰਤ ਸਿੰਘ ਢਿੱਲੋਂ ਜੀ ਜਿਨ੍ਹਾਂ ਦੇ ਪੋਤਰੇ ਦਾ ਅੱਜ ਸ਼ੁਭ ਆਨੰਦ ਕਾਰਜ ਹੋਇਆ ਸੋਨਾਂ ਨੂੰ ਵੀ ਅਸੀਂ ਆਪਣੇ ਵੱਲੋਂ ਮੁਬਾਰਕਬਾਦ ਭੇਜਦੇ ਹਾਂ ਸੁਨਾਲ ਦੀ ਨਾਲ ਚਾਚਾ ਜੀ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਚਾਚੀ ਜੀ ਸਰਦਾਰਨੀ ਬਲਵਿੰਦਰ ਕੌਰ ਜੀ ਸਰਦਾਰ ਚੈਨ ਸਿੰਘ ਢਿੱਲੋਂ ਜੀ ਸਰਦਾਰਨੀ ਸਿਮਰਜੀਤ ਕੌਰ ਜੀ ਉਹਨਾਂ ਨੂੰ ਵੀ ਮੁਬਾਰਕਾਂ ਪਿਆਰੇ ਵੀਰ ਵਿਕਰਮਜੀਤ ਸਿੰਘ ਢਿੱਲੋਂ ਜਪਨਾਮ ਸਿੰਘ ਢਿੱਲੋਂ ਗੁਰਦੀਪ ਸਿੰਘ ਢਿੱਲੋਂ ਜੀ ਸੁਖਦੀਪ ਸਿੰਘ ਹੈਪੀ ਸਾਡਾ ਪਿਆਰਾ ਵੀਰ ਯੂ ਐੱਸ ਏ ਸ਼ੁਭਦੀਪ ਸਿੰਘ ਜੀ ਜੋਬਨਦੀਪ ਸਿੰਘ ਜੀਜਾ ਜੀ ਸਰਦਾਰ ਪਵਿੱਤਰ ਸਿੰਘ ਬਰਾੜ ਜੀ ਫਰੋਮ ਕੈਨੇਡਾ ਸਿਸਟਰ ਜੀ ਲਵਲੀ ਬਰਾੜ ਜੀ ਕੈਨੇਡਾ ਸੋ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਜੀਜਾ ਜੀ ਜੋਬਨਦੀਪ ਸਿੰਘ ਜੀ ਯੂ ਐੱਸ ਏ ਸਿਸਟਰ ਜੀ ਮਹਿੰਦਰਪਾਲ ਕੌਰ ਜੀ ਸਿਸਟਰ ਸਿਮਰਜੀਤ ਕੌਰ ਜੀ ਰਜਿੰਦਰਪਾਲ ਕੌਰ ਜੀ ਮਨਦੀਪ ਕੌਰ ਜੀ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਵਧਾਈਆਂ ਨਾਨਕਾ ਪਰਿਵਾਰ ਸਾਰੇ ਪਰਿਵਾਰ ਦਾ ਸਵਾਗਤ ਹੈ ਨਿੱਘੀ ਜੀ ਆਇਆਂ ਨੂੰ ਇਸਤਕਬਾਲ ਕਰਦੇ ਹਾਂ ਨਾਨੀ ਜੀ ਸਰਦਾਰਨੀ ਮਨਜੀਤ ਕੌਰ ਜੀ ਮਾਮਾ ਜੀ ਸਰਦਾਰ ਗਮਦੂਰ ਸਿੰਘ ਜੀ ਸਰਦਾਰ ਚਮਕੌਰ ਸਿੰਘ ਜੀ ਮਾਸਰ ਜੀ ਸਰਦਾਰ ਕੇਵਲ ਸਿੰਘ ਸੇਖਾ ਜੀ ਯੂ ਐੱਸ ਏ ਜਿਹਨਾਂ ਨੇ ਕਿਹਾ ਸਾਡੀ ਡਿਊਟੀ ਲਾਈ ਹੈ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਮਾਸੀ ਜੀ